ਦੇ ਬਾਅਦ লাশ ਬੋਰੀਜ ਬੰਦ ਕਰ ਤੇ ਚੱਕ 5 دب ਨਾਲ ਸਟ ਗਏ ਅਸਾ ਦੇ ਨਮਾਇਦੇ ਮੁਤਾਬਕ थाना सदर ਪੁਲਿਸ ਮੁਸਲਮਾ ਟਾਊਨ ਵਿਹਾੜੀ ਦੇ ਵਾਸੀ 32 ਸਾਲਾ ਬਦਰ ਸ਼ਰੀਫ ਦੀ ਬੋਰੀ ਬੰਦ লাশ ਨਵਾਈ گاؤں ਚੱਕ ਨੰਬਰ 5 دب ਐਚ ਮਸਜਿਦ ਦੇ ਨਾਲ ਤੋਂ ਬਰਾਮਤ ਕਰਗੇ ਦੇ ਬਦਰ ਸ਼ਰੀਫ ਕੋ ਤਸ਼ਦਦ ਕਰਨ ਦੇ ਬਾਅਦ ਗਿੱਚੀ ਘੋੜ ਤੇ ਕਤਲ ਕੀਤਾ ਗਿਆ ਹ ਮਕਤੂਲ ਦੇ ਵਾਲਦ ਮੁਹੰਮਦ ਸ਼ਰੀਫ লাশ ਕੋ شناخت ਕੀਤਾ ਪੁਲਿਸ লাশ ਕਬਜ਼ੇ ਗਹਿਣ ਤੇ ਪੋਸਟਮਾਰਟਮ ਸੰਗੇ ਡੀ ਐਚ ਕਯੂ ਹਸਪਤਾਲ ਪੁਜਾ ਦਿੱਤਾ ਵਾਜ਼ਰਾਵ ਦੇ ਬਦਰ ਸ਼ਰੀਫ ਜਰਨਲ ਸਟੋਰ ਦਾ ਮਾਲਕ ਹਾਤੇ ਕੁਝ ਅਰਸੇ ਤੋਂ ਲਾਪਤਾ ਹ ਇਹ